ਉਹਨੂੰ ਕੋਈ ਜ਼ਰੂਰਤ ਨਹੀਂ ਸਾਡੀ ਈਦਗਾਹ ਚ ਆਉਣ ਦੀ। ਹਦੀਸ ਪਾਕ ਦੇ ਅਲਫਾਜ਼ ਨੇ, ਜਿਹੜਾ ਬੰਦਾ ਇਸਤਤਾਤ ਦੇ ਬਾਵਜੂਦ ਕੁਰਬਾਨੀ ਨਹੀਂ ਕਰਦਾ ਉਹ ਮੁਸਲਿਮਾਨਾਂ ਦੀ ਈਦਗਾਹ ਦੇ ਅੰਦਰ ਨਾ ਆਏ, ਨਾ ਸ਼ਰੀਕ ਹੋਏ। ਘਰ ਦੇ ਅੰਦਰ 10 ਜੀ ਨੇ ਅਤੇ ਕਮ ਅਜ਼ ਕਮ 7 ਤੋਂ 8 ਐਂਡਰਾਇਡ ਫੋਨ ਨੇ। 40-50 ਹਜ਼ਾਰ ਦਾ ਤਾਂ ਫੋਨ ਨਾਰਮਲ ਅੱਜ ਕੱਲ੍ਹ, ਅਤੇ 25-30 ਹਜ਼ਾਰ 35 ਹਜ਼ਾਰ ਦਾ ਬੱਕਰਾ ਕੁਰਬਾਨੀ ਨਹੀਂ ਅਸੀਂ ਕਰਨੀ, ਅਸੀਂ ਮਾੜੇ ਹਾਂ। ਉਂਝ ਜ਼ਮਾਨੇ ਜਾਣਦੇ ਲੁੱਚ ਤਲਬਾਂਗੇ, ਸ਼ਾਦੀ ਵਿਆਹ ਦਾ ਮਸਲਾ ਆਏਗਾ, 20-20 ਲੱਖ ਰੁਪਈਆ ਉਧਾਰ ਲੈ ਕੇ ਲਾ ਦਿਆਂਗੇ, ਲੇਕਿਨ ਕੁਰਬਾਨੀ ਵੇਲੇ ਜੀ ਇਸਤਤਾਤ ਕੋਈ ਨਹੀਂ ਜੀ, ਕੁਰਬਾਨੀ ਨਹੀਂ ਜੀ ਹੋ ਸਕਦੀ, ਅਸੀਂ ਕੁਰਬਾਨੀ ਨਹੀਂ ਕਰ ਸਕਦੇ। ਮੈਂ ਪਿਛਲੇ ਜੁਮੇ ਗਾਲਬਨ ਹਕੂਕ ਲਈ ਬਾਤ ਜਦੋਂ ਬਿਆਨ ਕੀਤਾ, ਇੱਕ ਮੈਂ ਬਾਤ ਕੀਤੀ ਸੀ, ਨਬੀ ਪਾਕ ਦਾ ਫਰਮਾਨ ਕੋਟ ਕੀਤਾ ਸੀ। ਅੱਲਾ ਦੇ ਨਬੀ ਕੋਲੋਂ ਪੁੱਛੇਗਾ ਮਲਿਸਮ ਯਾ ਰਸੂਲ ਅੱਲਾ, ਹਜ਼ੂਰ ਗੁਨਾਹ ਕਿਆ ਹੈ? ਫਰਮਾਇਆ ਮਾ ਹਾ ਕਫੀ ਸਦਰੀ ਕਾ, ਜੋ ਤੁਹਾਡੇ ਸੀਨੇ ਮੇ ਖਟਕੇ, ਜਿਹੜਾ ਕੰਮ ਕਰਨ ਤੋਂ ਬਾਅਦ ਸੀਨੇ 'ਚ ਖਟਕਾ ਲੱਗਾ ਰਹੇ ਉਹ ਗੁਨਾਹ ਹੈ। ਇਹ ਹਰ ਕਿਸੇ ਨੂੰ ਪਤਾ ਹੁੰਦਾ ਕਿ ਮੈਂ ਕੁਰਬਾਨੀ ਕਰ ਸਕਦਾ ਕਿ ਨਹੀਂ ਕਰ ਸਕਦਾ। ਹਾਂ, ਤੂੰ ਉਧਾਰ ਚੁੱਕ ਕੇ ਕਰ ਕੁਰਬਾਨੀ, ਦੂਜੇ ਕੰਮਾਂ ਵਾਸਤੇ ਉਧਾਰ ਨਹੀਂ ਚੁੱਕ ਸਕ ਚੁੱਕਦਾ ਹੈ ਨਾ, ਤਾਂ ਕੁਰਬਾਨੀ ਵਾਸਤੇ ਵੀ ਉਧਾਰ ਚੁੱਕ ਬਾਅਦ 'ਚ ਚੁਕਾ ਦੇ, ਕਿਹੜਾ ਮਸਲਾ? ਦੁਨਿਆਵੀ ਮਾਮਲਾਤ ਨੇ ਚੱਲਦੇ ਨੇ ਮਾਮਲਾਤ, ਲੇਕਿਨ ਕੁਰਬਾਨੀ ਜਦੋਂ ਤੂੰ ਬੱਕਰੇ ਕੁਰਬਾਨ ਕਰੇਗਾ, ਵੈੜ ਕੁਰਬਾਨ ਕਰੇਗਾ, ਗਾਏ ਕੁਰਬਾਨ ਕਰੇਗਾ, ਦੁੰਬਾ ਮੈਂਡਾ ਕੁਰਬਾਨ ਕਰੇਗਾ, ਤਾਂ ਯਕੀਨਨ ਉਹ ਵੀ ਵੇਲਾ ਆਏਗਾ ਅੱਲਾ ਤੇਰੇ ਦਿਲ ਨੂੰ ਵੱਡਾ ਫਰਮਾਉਂਦੇ ਜਾਣਗੇ, ਵੱਡਾ ਫਰਮਾਉਂਦੇ ਜਾਣਗੇ, ਫਿਰ ਤੂੰ ਹਰ ਸ਼ਾਹੀ ਅੱਲਾ ਵਾਸਤੇ ਕੁਰਬਾਨ ਕਰੇਗਾ। ਅੱਲਾਹੁ ਅਕਬਰ। ਇੱਕ ਤਾਂ ਇਹ ਬਾਤ, ਮੁਖਤਲਿਫ ਕੁਤਬੇ ਹਦੀਸ ਦਾ ਨਿਚੋੜ, ਅਰਫਾਤ ਦੇ ਮੈਦਾਨ ਅੰਦਰ ਅੱਲਾ ਦੇ ਨਬੀ ਨੇ ਫਰਮਾਇਆ, ਐ ਲੋਗੋ, ਹਰ ਸਾਲ ਹਰ ਘਰ 'ਤੇ ਇੱਕ ਕੁਰਬਾਨੀ ਜ਼ਰੂਰੀ ਏ। ਕੁਲ ਇਨ ਸਲਾਤੀ ਵ ਮੁਸਕੀ ਵ ਮਹਯਾ ਵ ਮਮਾਤੀ ਲਿਲਾਹ ਰੱਬਿਲ ਆਲਮੀਨ ਲਾ ਸ਼ਰੀਕ ਲਹੁ ਵ ਬਿਜ਼ਾਲਿਕ ਉਮਿਰਤੁ ਵ ਅਨਾ ਅਵਲੁਲ ਮੁਸਲਿਮੀਨ। ਹਜ਼ਰਤ ਅਬੂ ਮਾਮਾ ਬਿਨ ਸਾਲ ਬਿਆਨ ਕਰਦੇ ਨੇ ਬੁਖਾਰੀ ਅੰਦਰ, ਅਸੀਂ ਮਦੀਨੇ ਦੇ ਅੰਦਰ ਜਾਨਵਰਾਂ ਨੂੰ ਖੂਬ ਖਿਲਾਉਂਦੇ ਪਿਲਾਉਂਦੇ ਔਰ ਉਹਨਾਂ ਨੂੰ ਮੋਟਾ ਤਾਜ਼ਾ ਕਰਦੇ, ਇਸੇ ਤਰ੍ਹਾਂ ਸਾਰੇ ਆਮ ਮੁਸਲਮਾਨ ਵੀ ਕਰਦੇ ਜਿਵੇਂ ਅਸੀਂ ਕਰਦੇ, ਖੂਬ ਪਾਲਦੇ ਪੋਸਦੇ ਪਿਆਰ ਕਰਦੇ, ਮੋਟਾ ਤਾਜ਼ਾ ਜਾਨਵਰ ਨਾਲ ਨਾਲ ਕੁਰਬਾਨੀ ਵਾਲਾ ਫਿਰਦਾ, ਐਡਾ ਪਿਆਰ ਹੋ ਜਾਂਦਾ ਜਾਨਵਰ ਨਾਲ, ਫਿਰ ਕੁਰਬਾਨ ਕਰਨ ਲੱਗਿਆਂ ਵੀ ਦਿਲ ਨੂੰ ਖੋ ਪੈਂਦਾ। ਅਕਸਰ ਵੇਖਣ ਅੰਦਰ ਆਇਆ ਜਿਨ੍ਹਾਂ ਨੇ ਘਰ ਪੂਰਾ ਸਾਲ ਬੱਕਰੇ ਛੱਤਰੇ ਮੈਂਢੇ ਜਾਂ ਗਾਏ ਜਾਂ ਊਂਟ ਪਾਲੇ ਹੁੰਦੇ ਨੇ ਨਾ, ਬੜੇ ਨਾਜ਼ ਅਤੇ ਨੇਮ ਨਾਲ ਜਿਹੜੇ ਪਾਲੇ ਹੁੰਦੇ ਨੇ, ਜਦੋਂ ਉਹਨਾਂ ਨੂੰ ਕੁਰਬਾਨੀ ਦਾ ਵਕਤ ਆਉਂਦਾ ਨਾ, ਤਾਂ ਸਾਰਿਆਂ ਦੀਆਂ ਅੱਖਾਂ 'ਚੋਂ ਆਂਸੂ ਜਾਰੀ ਹੁੰਦੇ ਨੇ। ਇਹ ਸਹੀ ਕੁਰਬਾਨੀ, ਇੰਝ ਹੀ ਸੋਚਣਾ ਕਿ ਅਗਰ ਬੇਟਾ ਵੀ ਰੱਬ ਮੰਗੇ ਤਾਂ ਮੈਂ ਪਿੱਛੇ ਨਹੀਂ ਹਟਾਂਗਾ, ਫਿਰ ਇਹ ਕੁਰਬਾਨੀ। ਅਤੇ ਜੇ ਗੋਸ਼ਤ ਹੱਡੀਆਂ ਲਹੂ ਵੇਖਣਾ ਹੀ, ਖੱਲਾਂ ਵੇਖਣੀਆਂ ਨਹੀਂ, ਤਮਾਸ਼ਾ ਵੇਖਣਾ, ਮੈਂ ਕੁਰਬਾਨੀ ਕੀਤੀ, ਮੇਰਾ ਵਿਹੜਾ ਵੱਡਾ, ਮੇਰਾ ਕੱਟਾ ਚੰਗਾ, ਮੇਰਾ ਵੱਛਾ ਚੰਗਾ, ਉਹ ਆਹ ਕਿੱਥੋਂ ਕੁਰਬਾਨੀ ਕਰ ਸਕਦੇ ਨੇ, ਮੈਂ ਕੁਰਬਾਨੀ। ਉਹ ਜੇ ਤੇਰੀ ਇਹ ਸੋਚ ਹੈ ਨਾ, ਤਾਂ ਫਿਰ ਕੁਰਬਾਨੀ ਤੇਰੇ ਵਾਸਤੇ ਸਵਾਬ ਨਹੀਂ ਬਣੇਗੀ, ਵਬਾਲ ਬਣ ਜਾਏਗੀ, ਤੇਰੀ ਜਾਨ ਨੂੰ ਅਜ਼ਾਬ ਬਣ ਜਾਏਗੀ। ਹਾਂ, ਕੋਈ ਵੀ ਅਮਲ ਕਿਹਦੇ ਵਾਸਤੇ ਕਰਨਾ ਹੈ? ਅੱਲਾਹ ਵਾਸਤੇ ਕਰਨਾ ਹੈ। ਅੱਲਾਹ ਦੇ ਨਬੀ ਨੇ ਫਰਮਾਇਆ ਮੁਖਤਲਿਫ ਕੁਤਬੇ ਹਦੀਸ ਦਾ ਨਿਚੋੜ, 4 ਕਿਸਮ ਦੇ ਜਾਨਵਰ ਨਹੀਂ ਕਰ ਸਕਦੇ। ਬਹਿੰਗਾ ਜਾਨਵਰ, ਵਾਜ਼ੇ ਮਰੀਜ਼, ਲੰਗੜਾ ਵਾਜ਼ੇ, ਇੰਤਹਾਈ ਕਮਜ਼ੋਰ, ਹੱਡੀਆਂ ਦੇ ਅੰਦਰ ਗੁੱਦਾ ਨਾ ਹੋਵੇ, ਐਬ ਵਾਲਾ ਵੀ ਨਾ ਹੋਵੇ, ਐਬ ਵਾਲਾ ਵੀ ਨਾ ਹੋਵੇ, ਔਰ ਉਹਦਾ ਕੰਨ ਜਾਂ ਸਿੰਘ ਟੁੱਟਿਆ ਕੱਟਿਆ ਨਾ ਹੋਵੇ। ਖੱਸੀ ਹੋਣਾ ਕੋਈ ਐਬ ਨਹੀਂ, ਇਹਦੇ 'ਤੇ ਕੋਈ ਬੰਦਾ ਬਹਿਸ ਕਰਨਾ ਚਾਹੇ, ਮਸਲਾ ਪੁੱਛਣਾ ਚਾਹੇ, ਬਾਅਦ ਅੰਦਰ ਕਰ ਸਕਦਾ ਹੈ। ਕੁਰਬਾਨੀ ਦੇ ਚੰਦ ਆਦਾਬ ਨੇ ਤਵੱਜੋ ਫਰਮਾਉਣਾ, ਜ਼ਬਾ ਕਰਨੇ ਤੋਂ ਪਹਿਲੇ ਜਿਹੜਾ ਆਲਾ ਹੈ, ਜ਼ਬਾ ਕਰਨੇ ਵਾਲਾ ਆਲਾ, ਛੁਰੀ ਜੋ ਵੀ ਚਾਕੂ ਜੋ ਇਸਤੇਮਾਲ ਕਰਦੇ ਹੋ, ਮੁਸਲਮ ਸ਼ਰੀਫ ਅੰਦਰ ਸ਼ੱਦਾਦ ਬਿਨ ਉਸ ਬਿਆਨ ਕਰਦੇ ਨੇ, ਬੇਸ਼ੱਕ ਅੱਲਾ ਸੋਹਣੇ ਨੇ ਇਹਸਾਨ ਹਰ ਚੀਜ਼ 'ਤੇ ਫਰਜ਼ ਹੈ, ਅੱਲਾ ਨੇ ਇਹਸਾਨ ਨੂੰ ਹਰ ਚੀਜ਼ 'ਤੇ ਫਰਜ਼ ਕੀਤਾ ਹੈ। ਯਾਨੀ ਕਿਸਾਸ ਅੰਦਰ ਔਰ ਜ਼ਿਬਾ ਦੇ ਅੰਦਰ ਛੁਰੀ ਤੇਜ਼ ਕਰ ਲਓ, ਤਲਵਾਰ ਤੇਜ਼ ਕਰ ਲਓ, ਤਕਲੀਫ ਨਾ ਹੋਏ,
जानवर नू छुरी विखा के जिबा दूजे नू नहीं करना, बड़ी एहतियात दे नाल, यानी सुकून पहुँचाना है। हदीसे पाक दे लफज ने जानवर के सामने छुरी तेज करने तो भी मना फरमाया हदीसे पाक दे लफज ने। बेहतर ए वे कि जानवर नू अपने हाथ नाल जिबा किया जाए, बेहतर बात। अगर ना कर सके तो कोई होर भी कर सकता है, औरत जबा करना चाहे तो जबा कर सकती है। जबा का मसनून तरीका, जानवर नू सज्जे पासे दाई करवट लटा लेना है और अपना जड़ा पैर है यदि गर्दन ते रख देना है। अल्लाह अकबर, गर्दन ते यदि पैर रख के सज्जे पासे करवट काबे बने मुँह करके इनू लटा के ते फिर कहना बिस्मिल्लाह अल्लाह अकबर कह के जिबा करना है। हजरत अनस बयान करते हैं बुखारी और मुस्लिम, नबी पाक सल्लल्लाहु अलैहि वसल्लम ने दो सफेद स्याही माइल मेंढिया जिबा फरमाया, अल्लाह के नबी ने इन्हें गर्दन ते पाँव रखिया। हजरत आयशा फरमांदिया ने अल्लाह के नबी ने छुरी तेज करके पकड़ाई गई, अल्लाह के नबी ने मेंढे नू पकड़िया और जिबा करदे आया। हजूर ने फरमाया बिस्मिल्लाह अल्लाहुम्मा तकब्बल मिन मुहम्मद व आलि मुहम्मद व मिन उम्मत मुहम्मद। बुखारी पाक दे अल्फाज, बुखारी शरीफ अंदर हजरत आयशा वाली रिवायत रजी अल्लाह अन्हा वर्ज़ा। कुर्बानी का गोश्त खुद भी खाओ, रिश्तेदारों फुकरा मसाकीन वगैरह नू भी खिलवाओ, स्टोर भी कर सकते हो, तीन हिस्से कर लो, एक स्टोर कर लो, एक पका के वंड दो, दूजा तकसीम कर दो, इवें कर लो। अल्लाह अकबर कबीरा। पहले साल जखीरा करने तो मना सी, फिर ये तो बाद आयात नाजल हुई इजाजत दे दी गई। यदि खाल बेची नहीं जा सकती, कसाई नू खाल नहीं दिती जा सकती। जेड़ा बंदा गरीब माड़ा है, फुकरा मसाकीन है, उन्हों का कुंडा उन्होंने दिता जाए। हजरत अली फरमाते ने मेरी जिम्मेदारी लगी, अल्लाह के नबी ने फरमाया खलना ते झोलां जड़ा भी कुछ है ना ये कसाई नू नहीं देनिया, ये चीज़ा कसाई नू देना मन है, उन्हों ओदी मजदूरी दियो, उन्हों ओदी उजरत दियो। अल्लाह अकबर। इतने लोग अक्सर लोग खल भी उजरत अंदर दे देंगे ने, मना है भाई हदीसे पाक अंदर। ये तो बाद अल्लाह अकबर कबीरा, कुर्बानी दे अयाम किन्ने ने? कहंदे ने जी, क्यों जी हाज साहब, कहंदे ने दस तो लैके आखे किन्ने तक, 13 तक। अयाम तशरीक तुसी जान दे हो, पढ़े लिखे माशाल्लाह। अयाम तशरीक मैं एक साहिब नू पुछया, फिका ते बड़ा उबूर हासिल सी, फरमान लगे जी अयाम तशरीक। मैं क्या अच्छा, ते अयाम तशरीक केड़ी केड़ी तरीक है हजरत, मैनू जरा दस्या जे। कहंदे ने जी 13 तक अयाम तरीक तशरीक होंदे ने। मैं क्या अच्छा, तो फिर मैं क्या तिना दिन की कुरबानी किवें होई? सोची पै गया, कहंदा हाँ गल तो तुहाडी ठीक है। मैं क्या ठीक, मेरी गल नहीं, सुने नबी का फरमान ठीक है। 10 नू शुरू अफजल पहला दिन है, ते 13 तरीक की असर की नमाज़ तक कुरबानी की जा सकती है। हदीसे पाक का मसला, मेरे को बाप दादे की बात नहीं।